ਨਹੀਂ ਹੁਣ ਤੂੰ ਮੈਨੂੰ ਗੱਲਾਂ ਸੁਣਾਵੇਂਗਾ ਘਰਦੀ ਦੇ ਮਗਰ ਲਾ ਕੇ ਤੇ ਤੂੰ ਮੇਰੇ ਸਿਰ ਚੜ੍ਹਨ ਲੱਗਾ ਜਦੋਂ ਮੈਂ ਤੈਨੂੰ ਕਰਤਾ ਨਾ ਅੱਡ ਤੇ ਤੁਹਾਨੂੰ ਦੋਵਾਂ ਜੀਆਂ ਨੂੰ ਪਤਾ ਲੱਗ ਜੂ ਇੱਕ ਕੋਠੇ ਤੇ ਛੱਤ ਨਹੀਂ ਤੁਹਾਡੇ ਕੋਲ ਪੈਣੀ ਗੱਲਾਂ ਤੇ ਤੈਨੂੰ ਬੜੀਆਂ ਹੁੰਦੀਆਂ ਆ ਆ ਪਏ ਜੇ ਤੁਹਾਡੇ ਪੱਠੇ ਭਾਬੀ ਨੂੰ ਮਾਰੋ ਆਵਾਜ਼ ਲਾਓ ਥੱਬੇ ਕੁਤਰ ਗਏ ਤੇ ਆਪੇ ਪਾਓ ਠੀਕ ਆ ਨਾ ਇਹ ਅਸੀਂ ਦੋਵੇਂ ਜੀ ਸਾਰਾ ਦਿਨ ਕੰਮ ਕਰਦੇ ਮਰ ਜਾਂਦੇ ਹਾਂ ਸਾਡਾ ਕੋਈ ਨਾਂ ਹੀ ਨਹੀਂ ਆ ਭਾਬੀ ਦਾ ਤੇ ਭਾਬੀ ਵੀਰ ਦਾ ਤੁਸੀਂ ਨਾਂ ਕਰਦੇ ਜੇ ਵੀ ਉਹੀ ਦੋਵੇਂ ਕੰਮ ਕਰਦੇ ਆ ਤੇ ਰਹੀ ਗੱਲ ਅੱਡ ਹੋਣ ਦੀ ਤੁਸੀਂ ਮੈਨੂੰ ਕੀ ਅੱਡ ਕਰਨਾ ਵਾ ਮੈਂ ਆਪੇ ਰਾਜਵਿੰਦਰ ਨੂੰ ਲੈ ਕੇ ਤੇ ਅੱਡ ਹੁੰਦਾ ਵਾਂ ਨਾਲੇ ਮੈਂ ਵੇਖੂੰਗਾ ਭਾਬੀ ਤੁਹਾਨੂੰ ਕਿੰਨੀਆਂ ਕੁ ਰੋਟੀਆਂ ਲਾ ਲਾ ਖਵਾਉਂਦੀ ਆ ਰਾਜਵਿੰਦਰ ਨੇ ਤਾਂ ਤੁਹਾਨੂੰ ਕੌਲੀ ਇੱਧਰੋਂ ਚੁੱਕ ਕੇ ਇੱਥੇ ਨਹੀਂ ਨਾ ਕਰਨ ਦਿੱਤੀ ਤੇ ਜੇ ਉਹ ਨਾ ਨਾ ਸਾਵਾਂ ਨਾ ਕੰਮ ਤੁਹਾਡੇ ਕੋਲ ਕਰਾਊਗੀ ਤੇ ਗੱਲ ਕਰਿਓ ਕਰੋ ਕੰਮ ਆਪੇ ਦੇ ਪਾਓ ਪੱਠੇ ਇਹਨੇ ਤਾਂ ਮਾਂ ਦਾ ਕੋਈ ਲਿਹਾਜ਼ ਹੀ ਨਹੀਂ ਲਿਆ ਭਲਾ ਮੈਂ ਵੇਹਨੀ ਆ ਨਾ ਅੱਡ ਹੋ ਕੇ ਕਿਹੜੇ ਰਾਜੇ ਬਣ ਜਾਂਦੇ ਆ ਕਿੱਦਾਂ ਟੁੱਟੇ ਛਿੱਤਰ ਵਾਂਗ ਵੱਧਦਾ ਹੀ ਜਾਂਦਾ ਇੰਨੀ ਇਹਦੀ ਜ਼ਬਾਨ ਚੱਲਦੀ ਆ ਕਿਤੇ ਪੰਮੋ ਜੇ ਤੁਸੀਂ ਆਪਣੇ ਸਿਰ ਤੇ ਡੰਗਰ ਰੱਖਣੇ ਆ ਨਾ ਤੇ ਰੱਖ ਲਓ ਗੁਰਨਾਮ ਨੂੰ ਪੁੱਛ ਲਾ ਨਹੀਂ ਤਾਂ ਮੈਂ ਡੰਗਰ ਵੇਚ ਦੇਣੇ ਆ ਕਿਉਂ ਮੰਮੀ ਕੀ ਗੱਲ ਹੋ ਗਈ ਆ ਤੁਸੀਂ ਬੜਾ ਗਰਮ ਆਏ ਬਾਹਰੋਂ ਗੱਲ ਇੱਕੋ ਹੋਵੇ ਤੇ ਦੱਸਾਂ ਸ਼ੇਰਾਂ ਨਾਲ ਕਹਿ ਟਾਈਮ ਨਾਲ ਪੱਠੇ ਕੁਤਰ ਕੇ ਪਾ ਲਿਆ ਕਰ ਤੇ ਕਿਤੇ ਸ਼ੇਰਾ ਇੱਕ ਗੱਲ ਦੇ ਨਾਲ ਸੌ ਸੌ ਨੇ ਮੈਨੂੰ ਗੱਲ ਸੁਣਾਈ ਆ ਤੇ ਮੈਂ ਨੀ ਕਿ ਬੇਇੱਜ਼ਤੀ ਕਰਾਉਣੀ ਆਪਣੀ ਸਲਾਹ ਕਰ ਲਓ ਦੋਵੇਂ ਜੀ ਜਿੱਦਾਂ ਤੁਹਾਨੂੰ ਵੀ ਵਾਰਾ ਕਹਿੰਦਾ ਤੁਸੀਂ ਵੀ ਕਰ ਦਿਓ ਮੰਮੀ ਤੁਸੀਂ ਮੇਰੀ ਗੱਲ ਸੁਣੋ ਤੇ ਕਿੱਦਾਂ ਮੈਂ ਗੁਰਨਾਮ ਨੂੰ ਕਹਿ ਦਾਂ ਵੀ ਗਾਂ ਰੱਖ ਲਈਏ ਕੰਮ ਤੇ ਇੱਕੋ ਹੀ ਹੁੰਦਾ ਵਾ ਚਾਹੇ ਉਹ ਡੂਡੀ ਕਰ ਲੈਣ ਤੇ ਚਾਹੇ ਉਹ ਪੱਠੇ ਪਾ ਲੈਣ ਤੁਹਾਨੂੰ ਵੀ ਪਤਾ ਵਾ ਘਰ ਦਾ ਦੁੱਧ ਵਾ ਚੱਲ ਪੀ ਲੈਂਦੇ ਆ ਸਾਰੇ ਇੰਨੇ ਟੱਬਰ ਦੇ ਵਿੱਚ ਦੁੱਧ ਮੁੱਲਦਾ ਵਾਰਾ ਖਾਂਦਾ ਵਾ ਤੇ ਨਾਲੇ ਜੇ ਸਿਰੇ ਨੇ ਪੱਠੇ ਨਹੀਂ ਪਾਉਣੇ ਤੇ ਕਰਨਾ ਵੀ ਕੀ ਹੋਰ ਵਾ ਸਾਂਝੇ ਘਰ 'ਚ ਕੌਣ ਇਹਦਾ ਖਰਚਾ ਚੁੱਕੂਗਾ ਸਾਡੇ ਕੋਲ ਨਹੀਂ ਇੰਨੇ ਖਰਚੇ ਚੁੱਕੇ ਜਾਂਦੇ ਆਪਾਂ ਤੇ ਅੱਡ ਕਰਕੇ ਤੇ ਲਾਂਭੇ ਮਾਰਨਾ ਫਿਰ ਮੈਂ ਤੇ ਕਿਹਾ ਆ ਵੀ ਮੈਂ ਅੱਡ ਕਰ ਦੇਣਾ ਅਗਲਾ ਆਂਦਾ ਕਰਨਾ ਤੇ ਕਰਦੇ ਆ ਹੀ ਪਏ ਪੱਠੇ ਪਾਉਣੇ ਤੇ ਪਾਓ ਨਹੀਂ ਪਾਉਣੇ ਤੇ ਨਾ ਪਾਓ ਮੰਮੀ ਤੁਸੀਂ ਮੰਨੋ ਤੇ ਚਾਹੇ ਨਾ ਮੰਨੋ ਇਹਨਾਂ ਦੋਵਾਂ ਜੀਆਂ ਦੀ ਹੁਣ ਹਵਾ ਹੋਈ ਆ ਹੋਰ ਉਹ ਦੁਕਾਨ ਤੇ ਕਾਹਦਾ ਜਾਣ ਲੱਗ ਪਈ ਉਹਨਾਂ ਦੇ ਤੇ ਤੌਰ ਤਰੀਕੇ ਹੀ ਬਦਲ ਗਏ ਆ ਉਹ ਤੇ ਘਰਦਿਆਂ ਨੂੰ ਸਾਨੂੰ ਟਿੱਚ ਨਹੀਂ ਸਮਝਦੇ ਹੁਣ ਐਵੇਂ ਰੋਬ ਜੇ ਸਾਡੀ ਚਲੇ ਜਾਂਦੇ ਝਾੜ ਝਾੜ ਕੇ ਮਾਰਦੇ ਆ ਕਰਦੇ ਨਾ ਨਾਲ ਮੈਂ ਅੱਡ ਹੁਣ ਬਸ ਆਪਣੇ ਸਿਰ ਤੇ ਕਮਾਉਣ ਖਾਣ ਨਾ ਕਰਨ ਮੈਂ ਆਪਣੀ ਟੈਨਸ਼ਨ ਉਹ ਲਾ ਦੇਣੀ ਆਪਣੇ ਸਿਰ ਤੋਂ ਮੰਮੀ ਮੇਰੀ ਸੁਣੋ ਗੱਲ ਤੁਹਾਡੀ ਖਾਂ ਚ ਖਾਂ ਤੇ ਮੈਂ ਵੀ ਮਲਾਈ ਚਲੇ ਜਾਂਦੀ ਹਾਂ ਵੀ ਇਹਨਾਂ ਨੂੰ ਅੱਡ ਕਰ ਦੋ ਪਰ ਏਦਾਂ ਵਾ ਵੀ ਇਹਨਾਂ ਨੂੰ ਅੱਡ ਨਾ ਕਰੋ ਜੇ ਤੁਸੀਂ ਅੱਡ ਕਰਤਾ ਤੇ ਇਹਨਾਂ ਦੇ ਸਿਰ ਦੇ ਉੱਤੋਂ ਸਾਰਾ ਡਰ ਡੱਕਰ ਹੀ ਲੰਘ ਜਾਣਾ ਤੁਹਾਡਾ ਇਹਨਾਂ ਦੀਆਂ ਤੇ ਰੈ ਵਰਗਾ ਹੋ ਜਾਣੀਆਂ ਦੋਵਾਂ ਜਾਣਿਆਂ ਦੀਆਂ ਜਿਹੜਾ ਮਾੜਾ ਮੋਟਾ ਤੁਹਾਡੇ ਤੋਂ ਡਰਦੇ ਆ ਨਾ ਉਹ ਵੀ ਨਹੀਂ ਡਰਨਾ ਬਿਲਕੁਲ ਹੀ ਡਰ ਲੱਥ ਜਾਣਾ ਏਦਾਂ ਕਰੋ ਇਹਨਾਂ ਨੂੰ ਘਰੋਂ ਕੱਢੋ ਬਾਹਰ ਤੇ ਇਹਨਾਂ ਦੀ ਆਪੇ ਅਕਲ ਟਿਕਾਣੇ ਆਊਗੀ ਫਿਰ ਪਤਾ ਲੱਗਣਾ ਵਾ ਵੀ ਕੀ ਚੀਜ਼ ਹੁੰਦਾ ਘਰ ਪੰਮੋ ਗੱਲ ਤੇ ਤੇਰੀ ਸਹੀ ਆ ਇਹਨਾਂ ਨੂੰ ਘਰੋਂ ਬਾਹਰ ਕੱਢਦੇ ਆ ਨਾ ਇਹਨਾਂ ਨੂੰ ਪਤਾ ਲੱਗ ਜੂ ਵੀ ਘਰ ਚੀਜ਼ ਕੀ ਆ ਤੇ ਸੱਤ ਦਾ ਅਸਰਾ ਲਈਦਾ ਕਿੱਦਾਂ ਵਾ ਫੇਰ ਇਹਨਾਂ ਦੀ ਅੱਖਾਂ ਖੁੱਲਣੀਆਂ ਹੀ ਉਹਨਾਂ ਚਿਰ ਨਹੀਂ ਇਹਨਾਂ ਨੂੰ ਸਮਝ ਲੱਗਣੀ ਦੋਵਾਂ ਜਾਣਿਆਂ ਨੂੰ ਏਦਾਂ ਹੀ ਕਰੋ ਮੰਮੀ ਫੇਰ ਇਹਨਾਂ ਦੀ ਅੱਖਾਂ ਟਿਕਾਣੇ ਆਉਣੀ ਆ ਪੱਠਿਆਂ ਦੇ ਤਾਂ ਇੰਨੇ ਨੋਰੇ ਮਾਰਦਾ ਨਾ ਜਿੱਦਾਂ ਪੱਠਿਆਂ ਦਾ ਬੜਾ ਇਹਨੇ ਭਾਰ ਥੰਮਿਆ ਹੁੰਦਾ ਕੋਈ ਗੱਲ ਨੀ 100 ਰੁਪਇਆ ਦਿਆ ਕਰਾਂਗੇ ਤੇ ਕਿਸੇ ਕੋਲ ਪੱਠੇ ਮਗਾਇਆ ਕਰਾਂਗੇ ਘਰ ਆਏ ਤੇ ਮੈਂ ਆਪੇ ਮਾੜੇ ਚੰਗੇ ਪਾ ਹੀ ਲਿਆ ਕਰਨੇ ਆ ਮੰਮੀ ਪਰਾਂ ਦਫਾ ਹੀ ਕਰੋ ਇਹਦੀਆਂ ਗੱਲਾਂ ਸੁਣਨੋਂ ਚੰਗਾ ਵਾ ਨਾ ਬੰਦਾ ਆਪੇ ਕੰਮ ਕਰ ਲੇ ਭਾਵੇਂ ਥੋੜਾ ਹੀ ਕਰ ਲੇ ਜੇ ਕੋਈ ਲੱਭਦਾ ਬੰਦਾ ਪੱਠੇ ਪਾਉਣ ਲਈ ਤੇ ਠੀਕ ਆ ਨਹੀਂ ਤੇ ਅਸੀਂ ਵੰਡ ਦੀ ਬੋਰੀ ਹੋਰ ਇੱਕ ਸਟਾ ਲੈਨੇ ਆ ਵੰਡ ਭੇਂ ਕੇ ਪਤਾਵਾ ਕਰ ਦਿਆ ਕਰਾਂਗੇ ਤੂੜੀ ਸੁੱਟਣ ਦੀ ਕਿਹੜੀ ਗੱਲ ਉਹ ਤੇ ਟੋਕਰੀ ਮੈਂ ਵੀ ਪਾ ਹੀ ਲਾਇਆ ਕਰਨੀ ਆ ਐਡੀ ਕਿੰਨੀ ਮੈਂ ਨਕੰਮੀ ਵੀ ਮੈਨੂੰ ਬਿਲਕੁਲ ਹੀ ਨਹੀਂ ਪਤਾ ਵੀ ਕਿੱਦਾਂ ਪੱਠਾ ਦੱਥਾ ਪਾਈਦਾ ਵਾ ਇਹਨੂੰ ਕਹਿ ਤੂੰ ਇੱਕ ਵਾਰੀ ਜਿੱਦਾਂ ਇਹਦੇ ਮਨ 'ਚ ਖੁਸ਼ੀ ਆਉਂਦੀ ਆ ਨਾ ਉਦਾਂ ਕਰ ਲੈ ਜੋ ਇਹਨੇ ਮਨ ਮਰਜ਼ੀਆਂ ਕਰਨੀਆਂ ਨਾ ਕਰੀ ਜਾਵੇ ਆਪਣੀਆਂ ਜਿੱਦਾਂ ਰਾਜਵਿੰਦਰ ਆਂਦੀ ਆ ਨਾ ਉਹਦੇ ਪੂਰਨਿਆਂ ਤੇ ਪੂਰਾ ਚੱਲਦਾ ਵਾ ਤੇ ਇਹ ਚੱਲ ਕੇ ਵੇਖ ਹੀ ਲਵੇ ਨਜ਼ਾਰਾ
ਕੀ ਚੀਜ਼ ਹੁੰਦਾ ਟੱਬਰ, ਇਹਨੂੰ ਵੀ ਪਤਾ ਲੱਗ ਜੇ ਇੱਕ ਵਾਰੀ। ਨਾਲੇ ਪਤਾ ਲੱਗ ਜੂਗਾ ਵੀ ਘਰੋਂ ਬਾਹਰ ਰਹਿ ਕੇ ਤੇ ਘਰੋਂ ਕਿੱਦਾਂ ਰਹੀਦਾ ਵਾ, ਫੇਰ ਹੀ ਪਤਾ ਲੱਗਣਾ। ਰਾਸਣ ਪਾਣੀ ਵੀ ਮੇਰਾ ਪਕਾ ਕੇ ਰੱਖੇ, ਦੱਸ ਮੇਰੇ ਲਈ ਦੁਕਾਨ ਤੇ ਜਾਂਦੀ ਆ, ਮੈਂ ਨੀ ਦੁਕਾਨ ਤੇ ਜਾਂਦੀ, ਮੈਨੂੰ ਵੀ ਲੋੜ ਆ ਰੋਟੀਆਂ ਪਕਾ ਪਕਾ ਕੇ ਰੱਖਣ ਦੀ ਇਹਦੀਆਂ, ਮੈਂ ਨੀ ਰੱਖਦੀ ਰੁਕਦੀ ਤੇ ਮੇਰੇ ਤੋਂ ਨਾ ਆਸ ਰੱਖੇ ਰੋਟੀਆਂ ਦੀ। ਛੱਡ ਪਰੇ ਤੂੰ, ਆਪੇ ਸਾਨੂੰ ਕੀ ਲੱਗੇ, ਜਿੱਥੋਂ ਮਰਜ਼ੀ ਪਕਾਉਣ ਖਾਣ ਨਾ ਪਾਉਣ, ਮੈਂ ਤੇ ਹੁਣ ਜਵਾਬ ਦੇ ਦੇਣਾ ਵੀ ਨਿਕਲ ਜੋ ਘਰੋਂ। ਨਾਲੇ ਇੱਕ ਤੇ ਘਰ ਦਾ ਮਗਰੋਂ ਸਾਰਾ ਦਿਨ ਕਰਦੇ ਰਹੀਦਾ ਤੇ ਮੁੜ ਕੇ ਮਗਰੋਂ ਥੋੜੀ ਆਣ ਕੇ ਜੀ ਸਾਡੇ ਲਈ ਰੋਟੀਆਂ ਨੀ ਪੱਕੀਆਂ, ਮਿਲਦੀ ਜਾਂਦੀ ਹੈ ਸਵਾਈ ਕਰਨ, ਕਿੰਨੇ ਕੁ ਮੇਰੇ ਹੱਥ ਤੇ ਲਿਆ ਕੇ ਲੋਟ ਰੱਖਦੀ ਪਿਆ, ਮੈਂ ਸਵਾਈ ਕਰਕੇ ਤੇ ਲਿਆ ਕੇ ਦਿੱਤੇ ਆ। ਉਹਦੀ ਜ਼ਬਾਨ ਬੜੀ ਚੱਲਦੀ ਆ ਸ਼ੇਰੇ ਦੀ, ਉਹਦੇ ਨਾਲੋਂ ਵੱਧ ਇਹਦੀ ਜ਼ਬਾਨ ਚੱਲਦੀ ਆ। ਸ਼ੇਰਾ ਉਹਦਾ ਹੀ ਤੋਤਾ ਵਾ, ਜੋ ਬੋਲੂਗੀ ਨਾ ਉਹੋ ਹੀ ਬੋਲਣਾ ਉਹਨੇ। ਤੇ ਬੋਲੀ ਜਾਣ ਦੇ, ਦਫਾ ਕਰ, ਸਾਨੂੰ ਕੋਈ ਪਰਵਾਹ ਨੀ ਇਹਨਾਂ ਦੀ। ਮੰਮੀ ਅੱਗੇ ਕਿਹੜਾ ਸਾਨੂੰ ਘਰ ਦਾ ਚੇਤਾ ਭੁੱਲਿਆ ਸੀ, ਆ ਬੈਗ ਤੋਂ ਸੁੱਟਿਆ ਸਾਡੇ ਪੈਰਾਂ 'ਚ। ਇਹ ਕੱਪੜੇ ਆ ਤੁਹਾਡੇ, ਚੁੱਕੋ ਤਾਂ ਨਿਕਲ ਜਾਓ ਹੋਰ ਤੋਂ। ਲੈ ਮੰਮੀ ਇਹ ਕਿੱਦਾਂ ਦੀ ਗੱਲ ਹੋਈ, ਅਸੀਂ ਵੀ ਨਿਕਲੀਏ। ਆਉਂਦਾ ਹੋਣਾ ਅੱਡ ਹੋਣਾ ਵਾ, ਹੁਣ ਅੱਡ ਹੋ ਜਾ, ਚੁੱਕ ਇਹਨਾਂ ਨੂੰ ਨਿਕਲ ਇੱਥੋਂ। ਅਸੀਂ ਕਿਹੜੀ ਕਿਲੋ ਜਾਈਏ, ਕੀ ਗੱਲ ਅਸੀਂ ਕੱਪੜੇ ਚੁੱਕ ਕੇ ਦੌੜ ਜਾਈਏ, ਇਹਦਾ ਕੀ ਮਤਲਬ? ਤਾਂ ਤੈਨੂੰ ਸ਼ੌਂਕ ਨਹੀਂ ਨਾ ਅੱਡ ਹੋਣ ਦਾ, ਤੁਸੀਂ ਕਹਿ ਰਹੇ ਅੱਡ ਹੋਣ ਵੱਲੋਂ, ਹੁਣ ਹੋਰ ਨਹੀਂ ਜਾਂਦਾ ਕਿਉਂ ਨਹੀਂ ਗਾ, ਖਲੋਤਾ ਕੀ ਕਰਦਾ ਤੇ ਮੈਂ ਮੂੰਹ ਹੋਰ ਰੱਖੀ ਜਾਂਦਾ। ਅੱਡ ਹੋਣ ਦਾ ਕੋਈ ਤਰੀਕਾ ਹੁੰਦਾ? ਇਹ ਕਿੱਦਾਂ ਦੀ ਗੱਲ, ਬੈਗ ਚ ਕੱਪੜੇ ਪਾ ਕੇ ਇੱਥੋਂ ਨਿਕਲੋ ਇਹ। ਹਾਂ ਮੈਂ ਤਾਂ ਕੁਛ ਨਹੀਂ ਕਰ ਰਿਹਾ, ਚਲੋ ਚਲੋ ਜਿੱਥੇ ਜਾਣਾ ਹੁਣ। ਮੈਂ ਨਹੀਂ ਗਿਆ ਅੱਡ ਕਰਨ ਨੂੰ, ਮੰਮੀ ਨੇ ਮੈਨੂੰ ਕਿਹਾ ਸੀ ਅੱਡ ਕਰਨਾ ਤੇ ਮੈਂ ਕਿਹਾ ਕਰ ਦਿਓ, ਪਰ ਇਹ ਕਿੱਦਾਂ ਦਾ ਤਰੀਕਾ ਹੋਇਆ ਵੀ ਘਰੋਂ ਤੁਸੀਂ ਨਿਕਲ ਜਾਓ, ਏਦਾਂ ਨਹੀਂ ਅੱਡ ਹੋਇਆ ਜਾਂਦਾ। ਤੇ ਤੇਰਾ ਹੁਣ ਨਾਲੇ ਅੱਡ ਹੋਣ ਦਾ ਚਾਅ ਲੱਥ ਜੂਗਾ, ਲਾਲਾ ਚਾਅ, ਨਾਲੇ ਤੇਰੀ ਮਾਤਾ ਗੱਲ ਜਿਹੜੀ ਆ ਟਿਕਾਣੇ ਆ ਜੂਗੀ, ਨਾ ਤੈਨੂੰ ਪਤਾ ਲੱਗ ਗਈ ਵੀ ਅੱਡ ਕਿੱਦਾਂ ਹੋਈਦਾ ਆ। ਮੰਮੀ ਅੱਡ ਕਰਨਾ 100 ਵਾਰ ਕਰੋ, ਕੋਈ ਇਤਰਾਜ ਨਹੀਂ, ਪਰ ਇਹ ਘਰੋਂ ਨਹੀਂ ਬਾਹਰ ਜਾਣਾ, ਸਾਰੀ ਦੁਨੀਆ ਅੱਡ ਹੁੰਦੀ ਹੈ ਨਾ, ਆਪਣੇ ਘਰੇ ਅੱਡ ਹੁੰਦੀ ਆ। ਮੈਂ ਘਰ ਨਹੀਂ ਨਾ ਰਹਿਣ ਦੇਣਾ, ਮੈਂ ਤੁਹਾਨੂੰ ਅਜੇ ਵੀ ਕਹਿਣ ਦਿੱਤੇ ਵੀ ਬੈਗ ਚੁੱਕ ਲਓ ਤੇ ਨਿਕਲ ਜਾਓ। 100 ਗੱਲਾਂ ਦੀ ਇੱਕੋ ਗੱਲ ਵਾ, ਅਸੀਂ ਘਰੋਂ ਬਾਹਰ ਪਿਆਰ ਨਹੀਂ ਪਾਉਣਾ, ਅੱਡ ਕਰਨਾ 100 ਵਾਰੀ ਕਰੋ ਤੇ ਨਾਲੇ ਮੈਂ ਵੇਖ ਲੂੰਗਾ ਤੁਸੀਂ ਵੀ ਭਾਬੀ ਦੀਆਂ ਪੱਤੀਆਂ ਕਿੰਨੀਆਂ ਖਾਂਦੇ ਜੇ। ਸ਼ੇਰੇ ਤੇਰੇ ਵਾਲੀ ਹੱਦ ਹੋਈ ਪਈ ਆ, ਤੂੰ ਕਿੱਦਾਂ ਰੌਲਾ ਪਾਇਆ, ਕੀ ਅੱਡ ਹੋਣ ਦੀ ਗੱਲ ਕਰੀ ਚਲੇ ਜਾਂਦੇ ਹੋ, ਕੋਈ ਆਂਢ ਗੁਆਂਢ ਸੁਣੂਗਾ ਤੇ ਕੀ ਆਖੂਗਾ, ਜੇ ਕੋਈ ਅੱਡ ਹੋਣ ਵਾਲੀ ਗੱਲ ਵਾ ਨਾ ਤੇ ਬਹਿ ਕੇ ਕਰ ਲਓ, ਬਾਹਲੀ ਲਾਲਾ ਲਾਲਾ ਕਰਨ ਦੀ ਲੋੜ ਨਹੀਂ ਹੈਗੀ, ਅਸੀਂ ਸਰੀਕੇ 'ਚ ਰਹਿੰਦੇ ਹਾਂ, ਬਦਨਾਮੀ ਹੁੰਦੀ ਏਦਾਂ। ਲਾਲਾ ਲਾਲਾ ਭਾਬੀ ਕੌਣ ਕਰਨ ਡਿਆ ਵਾ, ਆਪਣੇ ਮੰਮੀ ਨੇ ਬੈਗ ਆਟੇ ਪੈਰਾਂ 'ਚ ਮਾਰਿਆ ਵਾ, ਆ ਕੋਈ ਤਰੀਕਾ ਅੱਡ ਕਰਨ ਦਾ? ਤੇ ਤੂੰ ਕਿਹੜੇ ਤਰੀਕੇ ਨਾਲ ਮੰਮੀ ਨਾਲ ਗੱਲ ਕੀਤੀ, ਮੰਮੀ ਆਣ ਕੇ ਮੇਰੇ ਨਾਲ ਅੰਦਰ ਲੋਈ ਲੱਗੀ ਹੋਣ ਰਹੀ, ਏਦਾਂ ਮਾਂ ਨਾਲ ਵੀ ਕੋਈ ਗੱਲ ਕਰਦਾ ਵੀ ਮਾਂ ਨਾਲ ਕਿੱਦਾਂ ਗੱਲ ਕਰੀਦੀ ਆ, ਕੋਈ ਪਤਾ ਤੋਂ ਹੈਗਾ ਤੈਨੂੰ? ਮਾਂ ਨੇ ਮੈਨੂੰ ਇਹ ਗੱਲ ਕਹੀ ਆ ਤੁਹਾਨੂੰ ਅੱਡ ਕਰਨਾ, ਮੈਂ ਕਰ ਦੋ, ਮੈਂ ਵਾਧੂ ਕੀ ਬੋਲਦਾ? ਕਰ ਦੋ ਨਹੀਂ ਆ ਰਾਜਵਿੰਦਰ, ਇਹਦੇ ਵਿੱਚ ਝੂਠ ਸੱਚ ਵਾਲੀ ਕੋਈ ਗੱਲ ਨਹੀਂ ਹੈਗੀ, ਮੇਰੀ ਗੱਲ ਸੁਣ ਵੀ ਜੇ ਇਹ ਘਰ ਵਾ ਤੇ ਇਹਨੂੰ ਗਾਂ ਮੱਝ ਨੂੰ ਪੱਠਾ ਦਿੱਤਾ ਪਾਉਣਾ ਹੀ ਪੈਣਾ, ਜੇ ਤੇ ਇਹ ਗਲਤ ਵਾ ਤੇ ਤਾਂ ਮੈਨੂੰ ਦੱਸ, ਚੱਲ ਤੂੰ ਤੇ ਸਾਰੀ ਦਿਹਾੜੀ ਦੁਕਾਨ ਤੇ ਰਹਿੰਦੀ ਆ, ਇਹ ਘਰ ਦਾ ਕੰਮ ਕਰਦਾ ਵੀ ਚੀਕਦਾ, ਕਿੱਥੋਂ ਦੁੱਧ ਪੀਣਾ, ਸੌਦਾ ਪੱਤਾ ਸਾਰਾ ਕੁਝ ਮੁੱਲ ਦਾ, ਜੇ ਅਸੀਂ ਦੁੱਧ ਵੀ ਮੁੱਲ ਲਿਆਵਾਂਗੇ ਤੇ ਕਿੱਥੋਂ ਟਾਈਮ ਲੰਘੂਗਾ? ਵੇਖ ਗੱਲਾਂ ਕਰਦੇ ਬੀਵੀ, ਕੰਮ ਅੱਗੇ ਕੌਣ ਕਰਦਾ, ਪੱਠਾ ਦਿੱਤਾ ਕੌਣ ਪਾਉਂਦਾ, ਤਾਂ
ਹੱਦ ਹੋ ਗਈ ਤੇਰੇ ਵਾਲੀ, ਤੂੰ ਵੀ ਉਹਦੇ ਕੋਲ ਹੀ ਬੋਲੇ ਚਲੇ ਜਾਂਦੀ ਆ। ਚੱਲ ਤੂੰ ਤੇ ਸਾਰਾ ਦਿਨ ਦੁਕਾਨ ਤੇ ਰਹਿੰਦੀ ਆ, ਬਾਅਦ ਪੱਠੇ ਤੇ ਪਾਵੇ। ਮੰਮੀ ਨੂੰ ਕਿਉਂ ਗੱਲਾਂ ਬਾਤਾਂ ਕਰਦਾ ਏ? ਪੱਠੇ ਪਾਉਂਦਾ ਤੇ ਹੈ, ਤੁਸੀਂ ਬੋਲਿਆ ਜੇ ਮੰਮੀ ਪਾਉਂਦੀ ਆ, ਚਾਹ ਭਾਜੀ ਪਾਉਂਦਾ ਆ। ਤੇ ਫਿਰ ਅੱਜ ਤਾਂ ਸੁੱਟ ਕੇ ਗਿਆ ਸੀ, ਨਾਲੇ ਮੰਮੀ ਨੂੰ ਸੌ ਸੌ ਗੱਲ ਸੁਣਾ ਕੇ ਗਿਆ ਆ। ਅੱਜ ਮੈਂ ਸੁੱਟ ਕੇ ਨਹੀਂ ਗਿਆ, ਜਿਹੜੇ ਮੈਂ ਸਵੇਰੇ ਪੱਠੇ ਪਾਉਣੇ ਉਹ ਮੈਂ ਰਾਜ ਪੁੱਤਰ ਤੇ, ਉਹ ਮੈਂ ਐਡਵਾਂਸ ਸਾਮਾਂ ਵਾਸਤੇ ਬੋਲਣ ਲੱਗਾ ਸੀ। ਮੰਮੀ ਨੇ ਜਾਣ ਕੇ ਆ ਕੇ ਮੇਰੇ ਨਾਲ ਲਾਂਡੀ ਆ। ਜਦੋਂ ਪੱਠੇ ਸੁੱਟ ਗਏ ਇਹਨੇ ਕਿਹਾ ਆ ਜੇ ਪਏ, ਮੈਂ ਚੱਲਿਆ ਗਏ। ਤੇ ਜਦੋਂ ਮੈਂ ਤੈਨੂੰ ਕਹਿ ਦੇ ਵੀ ਜਾਓ ਤੇ ਜਾਂਦੇ ਕੋਣ? ਅੱਡ ਸਾਰੀ ਦੁਨੀਆ ਹੁੰਦੀ ਆਉਂਦੀ ਆ, ਲੋਕੀ ਆਪਾਂ ਲੋਕਾਂ ਦੀ ਅੱਡ ਬਣਾ, ਪਰ ਆਹ ਜਿਹੜਾ ਤਰੀਕਾ ਹੈ ਨਾ ਭਾਜੀ, ਵੀ ਤੁਹਾਨੂੰ ਵੀ ਪਤਾ ਆਹ ਤਰੀਕਾ ਸਰਾਸਰ ਗਲਤ ਆ। ਐਡਾ ਕੌਣ ਅੱਡ ਕਰਦਾ, ਘਰੋਂ ਕੱਢਣ ਦਾ ਵੀ ਮਤਲਬ ਹੋ ਗਿਆ। ਮੈਨੂੰ ਗੱਲ ਕਰੋ, ਮੈਂ ਤੁਹਾਨੂੰ ਕੱਪੜੇ ਦੇਤੇ ਆ, ਉਦਾਂ ਨਹੀਂ ਤੁਹਾਨੂੰ ਕੱਢਣ ਲਈ। ਤੇ ਤੁਸੀਂ ਏਦਾਂ ਕਰੋ, ਹਾਂ ਆ ਕੱਪੜੇ ਵੀ ਰੱਖ ਲਓ, ਜੇ ਤੁਹਾਡੇ ਹੁੰਦੇ ਤੁਸੀਂ ਪਾ ਲਿਓ, ਜੇ ਸੱਤ ਲੱਭ ਸਕਦੇ ਆ ਤੇ ਕੱਪੜੇ ਨਾ ਲੱਭਾਂਗੇ, ਅਜੇ ਕੱਪੜੇ ਲੈ ਕੇ ਆਏ। ਜਦੋਂ ਲਿਹਾਜ ਕਰੂਗਾ ਉੱਥੇ ਮੈਂ ਦੂਜਾ ਬੰਦਾ ਕੀ ਕਰੂਗਾ? ਓਦਾਂ ਮੰਮੀ ਮਨ ਦੀ ਤੇ ਮੇਰੀ ਆ, ਜੋ ਮੈਂ ਸੋਚਿਆ ਸੀ ਨਾ ਹੋਇਆ ਵੀ ਉਹ ਹੀ ਆ। ਮੰਮੀ ਨੇ ਦੋ ਦੀਆਂ ਚਾਰ ਗੱਲਾਂ ਇਹਨਾਂ ਨੂੰ ਸੁਣਾਈਆਂ। ਮੰਮੀ ਸਾਡਾ ਇਸ ਘਰ ਵਿੱਚ ਕੋਈ ਹਿੱਸਾ ਨਹੀਂ ਆ, ਮੰਨਦੇ ਆ ਇੱਥੇ ਇੱਕ ਰੁਪਏ ਦੀ ਚੀਜ਼ ਨਹੀਂ ਲੈਂਦੇ, ਪਰ ਜੋ ਸਾਡਾ ਬਣਦਾ ਹਿੱਸਾ ਉਹ ਤੇ ਨਹੀਂ ਨਹੀਂ ਛੱਡਣਾ, ਉਹ ਤੇ ਅਸੀਂ ਲੈਣਾ ਹੀ ਲੈਣਾ ਵਾ। ਭਾਵੇਂ ਤੁਸੀਂ ਚਾਰ ਬੰਦੇ ਬਿਠਾ ਕੇ ਵੇਖ ਲਓ ਇੱਥੇ, ਉਹ ਸਾਨੂੰ ਮਿਲਣਾ ਹੀ ਮਿਲਣਾ ਵਾ। ਹੈਨੀ ਕਿਹੜੇ ਹਿੱਸੇ ਦੀ ਤੂੰ ਗੱਲ ਕਰਦੀ ਆ? ਪਿਆਲੀ ਤੇ ਸਾਡੀ ਆ, ਤੂੰ ਆਪਣੇ ਪੇਕਿਆਂ ਕੋਈ ਦਾਜ ਨਹੀਂ ਲੈ ਕੇ ਆਈ, ਕੁਛ ਨਹੀਂ ਲੈ ਕੇ ਆਈ, ਤੇਰਾ ਹਿੱਸਾ ਤੇ ਕਾਹਦਾ ਬਣਦਾ ਵਾ? ਮੰਮੀ ਕੋਈ ਮਾਣ ਨਹੀਂ ਆਪਣੇ ਮੋਤੀਆਂ ਪੁੱਤਾਂ ਨਾਲ ਇੱਦਾਂ ਕਰਦੀ ਜਿੱਦਾਂ ਤੁਸੀਂ ਕਰਦੇ ਆ। ਚਲੋ ਮੰਨਿਆ ਮੈਂ ਕਿਹੋ ਬਗਾਨੀ ਆ, ਆਦਿ ਤੁਹਾਡੇ ਹੀ ਆ ਨਾ, ਇਹਦੇ ਨਾਲ ਵੀ ਤੁਸੀਂ ਇੰਨਾ ਫਰਕ ਕਰਦੇ ਆ। ਜੇ ਮੈਂ ਨਹੀਂ ਕੋਲ ਲੈ ਗਈ ਇਹਨੂੰ, ਕਿਹੜਾ ਤੁਸੀਂ ਬਹੁਤ ਕੁਛ ਦੇਣਦੇ? ਮੈਂ ਕੁਛ ਨਹੀਂ ਦੇਣਾ, ਤੁਸੀਂ ਜਾਣਾ ਇੱਥੋਂ ਕਿ ਨਹੀਂ ਜਾਣਾ, ਮੈਨੂੰ ਧੱਕੇ ਨਾ ਮਾਰਦੇ ਪੈਣ ਤੁਹਾਨੂੰ। ਮੰਮੀ ਮੇਰੀ ਸੁਣਨਾ ਗੱਲ, ਹਿੱਸਾ ਤਾਂ ਨਹੀਂ ਆਪਣਾ ਛੱਡਣਾ, ਜਿੰਨੀ ਪੈਲੀ ਹੈ ਨਾ ਉਹਦਾ ਅੱਧ ਲੈ ਕੇ ਜਾਣਾ ਹੀ ਹੋ। ਜਿੰਨਾ ਚਿਰ ਮੈਂ ਜਿੰਨੀ ਆ ਉਹਨਾਂ ਚਿਰ ਘਰ ਚੋਂ ਕੋਈ ਵੀ ਸੰਗ ਤੁਹਾਨੂੰ ਮਿਲਣਾ, ਕੋਈ ਸਾਨੂੰ ਘਰ ਚੋਂ ਕੱਢ ਕੇ ਉਹ ਘਰ ਕਿੱਦਾਂ ਕੱਢਦਾ ਵਾ? ਮੇਰੀ ਸੁਣੋ ਗੱਲ, ਪੈਲੀ ਬੰਨੇ ਦੀ ਜਿਹੜੀ ਗੱਲ ਵਾ ਨਾ ਉਹ ਤੇ ਆ ਮੰਮੀ ਦੇ ਨਾਂ, ਉਹਦੇ ਤੇ ਤੇ ਅਸੀਂ ਵੀ ਨਹੀਂ ਹੱਕ ਜਤਾਉਂਦੇ, ਕਿਉਂਕਿ ਤੁਹਾਨੂੰ ਵੀ ਪਤਾ ਵਾ ਵੀ ਵੀਰ ਤੇਰਾ ਨੌਕਰੀ ਕਰਦਾ ਵਾ, ਉਹਦੇ ਸਿਰ ਤੇ ਘਰ ਚੱਲਦਾ ਵਾ। ਨਹੀਂ ਕਹਿੰਦੇ ਨੂੰ ਪਈਆ ਨਹੀਂ ਦਿੰਦੀ, ਉਹਦੇ ਸਿਰ ਤੇ ਘਰ ਚੱਲਦਾ, ਪੈਲੀ ਦਾ ਕੋਈ ਪੈਸਾ ਨਹੀਂ ਮੰਮੀ ਦਿੰਦੀ। ਆੜਾ ਘਰ ਬਣੇ ਤੇ ਸਾਂਝੇ ਖਾਤੇ ਬਣਿਆ ਨਾ, ਦੋ ਆਪਣਾ ਵਾਲੀ ਕਮਾਈ ਲੱਗੀ ਆ। ਕੋਈ ਸਾਂਝੇ ਖਾਤੇ ਨਹੀਂ ਬਣਿਆ, ਬਣਿਆ ਜਦੋਂ ਦਾ ਉਹ ਨੌਕਰੀ ਤੇ ਲੱਗਾ ਵਾ ਨਾ ਉਦੋਂ ਦਾ ਹੀ ਬਣਿਆ ਵਾ। ਅੱਛਾ ਜਿਹੜਾ ਮੇਰਾ ਘਰ ਵਾਲਾ ਉੱਥੇ ਪੈਲੀ ਮਿੱਟੀ ਨਾਲ ਮਿੱਟੀ ਹੁੰਦਾ ਵਾ, ਉਹਦੇ ਕੋਈ ਬੋਲ ਨਹੀਂ ਹੈ? ਆਪਣੀ ਕਮਾਈ ਕਰੋ ਤੇ ਆਪਣਾ ਘਰ ਬਣਾਓ। ਨਹੀਂ ਨਹੀਂ ਜਿਹੜਾ ਮੈਂ ਆਪਦੇ ਬਾਹਰ ਪੈਲੀ ਦੀ ਮਰਦਾਰੀ ਨਾਲ ਝੋਨਾ ਲਾਉਣਾ ਕਣਕ ਲਾਉਣਾ, ਉਹਦੇ ਪੈਸੇ ਤੁਹਾਡੇ ਕੌਣ ਚਾਹੁੰਦੇ ਆ? ਉਹ ਕਮਾਈ ਕਿੱਥੇ ਜਾਂਦੀ ਆ? ਮੇਰੀ ਗੱਲ ਸੁਣ, ਇੰਨੀ ਬੇਇੱਜ਼ਤੀ ਹੋ ਗਈ ਆ ਮੇਰਾ ਤੇ ਰਿਆ ਨੂੰ ਜੀਣੀ ਘੰਟ ਆ। ਤੈਨੂੰ ਮੈਂ ਸਿੱਧੀ ਗੱਲ ਦੱਸਾਂ, ਜਦੋਂ ਕਿਸੇ ਦੇ ਦਿਲ 'ਚ ਜਗ੍ਹਾ ਰਹਿਣਾ ਹੋਵੇ ਤੇ ਉਦੋਂ ਇੱਥੋਂ ਨਿਕਲ ਜਾਣਾ ਚਾਹੀਦਾ। ਨਹੀਂ ਏਦਾਂ ਨਹੀਂ ਆਪਾਂ ਜਾਣਾ ਹੈਗਾ, ਕਿ ਗੱਲ ਨਾ ਹੀ ਚਾਹਾਂਗੇ
ਸਾਰਾ ਕੁਝ ਛੱਡ ਛਡਾ ਕੇ ਇਹਨਾਂ ਨੂੰ ਤੇ ਆਪਾਂ ਚੱਲ ਜਾਈਏ। ਇਹਨਾਂ ਨੂੰ ਤੇ ਛੱਡ ਦਈਏ ਸਾਰਾ ਕੁਝ ਨਾ। ਹੱਦ ਹੋ ਗਈ ਸਾਡੇ ਆ ਗਏ, ਕਿੱਥੇ ਜਾਣਾ ਤੁਸੀਂ? ਰਾਜਵਿੰਦਰ ਤੂੰ ਤੇ ਸਿਆਣੇ ਬਣ, ਤੈਨੂੰ ਪਤਾ ਗਿਆ ਕਿ ਤੇਰੀ ਬੁੱਢੜੀ ਠੇੜੀ ਮਾਂ ਉੱਥੇ ਜਾ ਕੇ ਬਹੋਗੇ, ਉਹਦੇ ਵਿਚਾਰੀ ਤੇ ਗਰੀਬਣੀ ਤੇ ਕਿੰਨਾ ਬੋਝ ਪਊਗਾ। ਉੱਥੇ ਵੀ ਅਸੀਂ ਨਹੀਂ ਜਾਣਾ ਮਾਂ ਆਪਣੀ, ਮੈਂ ਟੈਨਸ਼ਨ ਥੋੜੀ ਲੈਣੀ ਆ, ਜਿੱਥੇ ਸਾਨੂੰ ਰੱਬ ਲੈ ਜਾਊਗਾ ਉੱਥੇ ਚੱਲ ਜਾਂਗੇ। ਤੇ ਹੋਰ ਤੁਸੀਂ ਕਿੱਥੇ ਜਾਣਾ ਕਥਾਰੇ? ਤੇ ਨਾਲੇ ਜੇ ਤੁਹਾਡਾ ਵੀਰ ਆ ਗਿਆ ਤੇ ਉਹ ਪੁੱਛੂਗਾ ਵੀ ਕਿੱਥੇ ਗਏ ਤੇ ਮੈਂ ਕੀ ਜਵਾਬ ਦਊਂਗੀ? ਕਹਿ ਦੇਣਾ ਧੱਕੇ ਮਾਰ ਕੇ ਕੱਢਤਾ। ਕਹਿ ਦਿਓ ਕਿ ਤੁਹਾਡੀ ਮਾਂ ਨੇ ਉਹਨਾਂ ਨੂੰ ਧੱਕੇ ਮਾਰ ਕੇ ਘਰੋਂ ਕੱਢਤਾ ਵਾ। ਦੱਸ ਮੇਰੀ ਗੱਲ ਮੰਨੋ ਤੇ ਤੁਸੀਂ ਇੱਥੇ ਰਹੋ, ਇਸ ਗੱਲ ਮੰਨਣ 'ਚ ਤੁਹਾਡਾ ਵੀ ਫਾਇਦਾ ਵਾ। ਤੁਹਾਡਾ ਕੀ ਫਾਇਦਾ ਵਾ? ਤੁਹਾਡਾ ਫਾਇਦਾ ਇਹ ਆ ਕਿ ਤੁਹਾਨੂੰ ਪਤਾ ਵੀ ਹੈਗਾ ਵਾ ਕਿ ਮੰਮੀ ਹਰ ਇੱਕ ਗੱਲ ਮੇਰੀ ਮੰਨਦੀ ਆ ਤੇ ਗਾੜੀ ਵੀ ਮੰਮੀ ਨੇ ਮੇਰੀ ਮੰਨਣੀ ਆ। ਨਹੀਂ ਭਾਬੀ ਮੇਰੀ ਗੱਲ ਸੁਣੋ, ਤੁਹਾਡੀ ਮੰਨਦੀ ਆ ਨਾ ਤੇ ਤੁਸੀਂ ਮਨਾਓ ਆਪਣੀਆਂ, ਸਾਨੂੰ ਗਾਲਾਂ ਦਿਓ। ਆਕੜੇ ਚ ਕੋਈ ਨੀ ਆ, ਜਿਦਾਂ ਜਿਦਾਂ ਤੁਸੀਂ ਕਹੋਗੇ ਓਦਾਂ ਓਦਾਂ ਹੀ ਚੱਲਣ ਚੱਲੀ ਜਾਈਏ ਤੇ ਤੁਸੀਂ ਤੇ ਉਹਦੇ ਕੋਲ ਕੰਮ ਕਰਾ ਕਰਾ ਮਾਰ ਦੇਣਾ ਸਾਰਾ ਦਿਨ। ਮੈਂ ਨਹੀਂ ਅੱਗੇ ਤੇ ਵੇਖ ਬਾਹਰ ਕਿੱਦਾਂ ਮਰੇ ਪਏ ਆ, ਲੋਕੀ ਕੰਮ ਨਹੀਂ ਕਰਦੇ ਘਰਾਂ ਦੇ ਵਿੱਚ, ਆ ਵੀ ਘਰ ਦਾ ਕਰਕੇ ਤੇ ਦੁਕਾਨ ਤੇ ਵੀ ਤੇ ਜਾ ਕੇ ਕਰਦੀ ਆ। ਨਹੀਂ ਦੀਦੀ ਆ ਹੋਣ ਹੀ 2-4 ਦਿਨ ਹੋ ਗਏ ਮੈਂ ਕੰਮ ਨਹੀਂ ਕੀਤਾ, ਅੱਬਲ ਤੇ ਮੈਂ ਘਰ ਜਦੋਂ ਦੁਕਾਨ ਤੇ ਜਾਂਦੀ ਆ ਸਾਰਾ ਕੰਮ ਕਰਕੇ ਜਾਂਦੀ ਆ, ਆਉਂਦਿਆਂ ਨੂੰ ਮੈਂ ਆਪਣੇ ਹੀ ਸਾਰਾ ਕੰਮ ਕਰਦੀ ਆ। ਤੁਸੀਂ ਤੇ ਮੰਮੀ ਦੋਵੇਂ ਜਣੇ ਏਸੀ ਥੱਲੇ ਬੈਠੇ ਰਹਿੰਦੇ ਆ, ਜੇ ਤੁਸੀਂ ਥੋੜਾ ਬਹੁਤਾ ਕੰਮ ਕਰ ਲੂਗੀ ਆ ਤੇ ਤੁਹਾਡਾ ਵੀ ਘਰ ਚੱਲ। ਰਾਜਵਿੰਦਰ ਕੰਮ ਕਿਉਂ ਨਹੀਂ ਕਰਦੀ? ਵੇਲਿਆਂ ਨੂੰ ਭਲਾ ਮੰਮੀ ਰੋਟੀ ਖਵਾਲਣ ਵਾਲੀ ਹੈ, ਤੇ ਨਾਲੇ ਜੇ ਤੂੰ ਦੁਕਾਨ ਤੇ ਚੱਲ ਜਾਂਦੀ ਆ ਤਾਂ ਘਰ ਦੇ ਵਿੱਚ 100 ਕੰਮ ਹੁੰਦਾ ਵਾ, ਕਦੀ ਘਰਾਂ ਦੇ ਕੰਮ ਵੀ ਮੁੱਕੇ ਆ। ਤੁਸੀਂ ਤੇ ਕੰਮ ਹੀ ਜਿਹੜਾ ਵਾ ਨਾ ਉਹ ਟੱਲ ਤੇ ਚੜਾਇਆ ਵਾ। ਕੰਮ ਕੀ ਹੁੰਦਾ ਦੀਦੀ? ਇੱਕ ਆਪਣੀ ਰੋਟੀ ਪਾ ਕੇ ਖਾਣੀ ਹੁੰਦੀ, ਚੈਨ ਦੇ ਭੁੱਲ ਭੁਲੇ ਕੇ ਆਪਣਾ ਕੱਪ ਚਾਹ ਦਾ ਬਣਾ ਕੇ ਪੀ ਲੈਂਦੇ ਹੋਗੇ, ਇਸ ਤੋਂ ਬਾਅਦ ਕਿਤੇ ਕੋਈ ਨਹੀਂ ਹੁੰਦਾ। ਗੱਲੇ ਨਹੀਂ ਤੇਰੇ, ਇਹ ਕਿਤੇ ਘਰ ਵੱਸਦੇ ਆਉਂਦੇ ਆ, ਇੱਥੇ ਕਿਤੇ ਬੰਦੇ ਨਹੀਂ ਆਉਂਦੇ, 100 ਆਇਆ ਗਿਆ ਰਹਿੰਦਾ ਘਰ ਦੇ ਵਿੱਚ। ਤੂੰ 24 ਘੰਟੇ ਘਰ ਬੱਧੀ ਰਹਿੰਦੀ, ਤੈਨੂੰ ਵੀ ਪਤਾ ਕਿ ਤੂੰ ਕੰਮ ਕਰੇ ਤੇ ਉਹ ਕੰਮ ਆ, ਜਦੋਂ ਮੈਂ ਕੰਮ ਕਰਾਂ ਉਹ ਕੰਮ ਹੀ ਨਹੀਂ ਹੈਗਾ। ਜਾਣਦੀ ਹਾਂ ਦੀਦੀ ਮੈਂ ਕਿੰਨਾ ਕੁ ਕੰਮ ਕਰਦੀ ਹਾਂ, ਤੂੰ ਜਿੱਦਾਂ ਦੁਕਾਨ ਤੋਂ ਆਣ ਕੇ ਸਾਰਾ ਕੰਮ ਨੂੰ ਪਕਾ ਕੇ। ਮੇਰੀ ਗੱਲ ਸੁਣੋ ਭਾਬੀ ਜੀ, ਇਹ ਗੱਲਾਂ ਖੋਲੀ ਗਈਆਂ ਨਾ, ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ, ਤੁਸੀਂ ਕੰਮ ਨਹੀਂ ਇਹ ਕਰਦੀਆਂ 9-7, ਸਿੱਧੀ ਗੱਲ ਵਾ, ਤੇ ਇਹ ਕਰਕੇ ਤੁਸੀਂ ਨਾ ਸਾਨੂੰ ਜਾਲਣ ਦਿਓ, ਬਸ ਸਾਡੀ ਬੜੀ ਬੇਇੱਜ਼ਤੀ ਹੋ ਗਈ ਆ, ਇਸ ਤੋਂ ਵੱਧ ਬੇਇੱਜ਼ਤੀ ਹੋਰ ਬਰਦਾਸ਼ਤ ਨਹੀਂ ਕਰ ਸਕਦੇ। ਚੁੱਪ ਕਰਕੇ ਅੰਦਰ ਬਹਿ ਜਾ, ਤੁਸੀਂ ਅਜੇ ਗਰਮ ਦੋਵੇਂ ਜਾਣੇ ਤੇ ਬਹਿ ਕੇ ਤੇ ਫਿਰ ਗੱਲ ਕਰਾਂਗੇ।